ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਝੋਨਾ ਖਰੀਦ ਕਰਨ ਦੇ ਦਿੱਤੇ ਦਿਸ਼ਾ ਨਿਰਦੇਸ਼ ਉਸ ਵੇਲੇ ਠੁੱਸ ਹੁੰਦੇ ਨਜ਼ਰ ਆਏ ਜਦੋਂ ਅਜੀਤ ਦੀ ਟੀਮ ਨੇ ਪੋਡੇ ਸਪਰਾਏ ਦੀ ਅਨਾਜ ਮੰਡੀ ਵਿੱਚ ਕਈਆਂ ਦਿਨਾਂ ਤੋਂ ਝੋਨਾ ਲੈ ਕੇ ਮੰਡੀ ਵਿੱਚ ਆਏ ਕਿਸਾਨਾਂ ਦੇ ਝੋਨੇ ਦੀ ਖਰੀਦ ਨਹੀਂ ਹੋਈ, ਜਿਸ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਹੈ। ਸਾਰੇ ਹੁਕਮਾਂ ਦੇ ਅਨੁਸਾਰ ਜਿਹੜੀ ਝੋਨੇ ਦੀ ਖਰੀਦ ਹੈ ਉਹ 1 ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਇਸ ਵੇਲੇ ਅਜੀਤ ਵੈਬ ਟੀਵੀ ਦੀ ਟੀਮ ਜਿਹੜੀ ਆ ਪੋਡੇ ਸਪਰਾਵਾਂ ਅਨਾਜ ਮੰਡੀ ਵਿੱਚ ਪਹੁੰਚ ਚੁੱਕੀ ਹੈ ਅਤੇ ਆਓ ਅਸੀਂ ਗੱਲ ਕਰਦੇ ਹਾਂ ਇੱਥੇ ਆੜ੍ਹਤੀਏ ਅਤੇ ਕਿਸਾਨਾਂ ਦੇ ਨਾਲ। ਅਜੇ ਤੱਕ ਇਹਨਾਂ ਦੀ ਝੋਨੇ ਦੀ ਖਰੀਦ ਨਹੀਂ ਹੋਈ ਅਤੇ ਨਾ ਹੀ ਕੋਈ ਇੱਥੇ ਸਰਕਾਰੀ ਮੁਲਾਜ਼ਮ ਹੈ। ਹਾਂਜੀ, ਮੈਂ ਗੱਲ ਕਰਦਾ ਹਾਂ ਆੜ੍ਹਤੀਏ ਕਿਹੜਾ ਟਰੇਡਰ ਹੈ ਜੀ? ਆਪਾਂ ਜੀ ਐਸ ਟਰੇਡਰ ਕੰਪਨੀ ਸਿੱਥੋਂ, ਮੈਂ ਹਰਜੀਤ ਸਿੰਘ ਬੋਲਦਾ ਹਾਂ। ਇਸ ਕਰਕੇ ਜਿਹੜੇ ਸਾਨੂੰ ਬੜੀ ਪਰੇਸ਼ਾਨੀ ਆ ਰਹੀ, ਇਹਨਾਂ ਦੇ ਸਾਰੇ ਆੜ੍ਹਤੀ ਅਸੀਂ ਖਰਾਬ ਹੋ ਰਹੇ ਹਾਂ। ਸਾਡੇ ਕੋਈ ਨਹੀਂ ਹਲ ਤੱਕ ਪਹੁੰਚਿਆ, ਨਾ ਸਾਡੇ ਕੋਲ ਬਾਰਦਾਨਾ ਆਇਆ, ਨਾ ਸਾਡੇ ਕੋਲ ਆਪਣੇ ਕੋਲ ਮੁਲਾਜ਼ਮ ਆਇਆ, ਅਤੇ ਅਸੀਂ ਸਮਾਂ ਤੇ ਇਸ ਕਰਕੇ ਕਿਸਾਨਾਂ ਨੂੰ ਵੀ ਕੀ ਕਹਿ ਸਕਦੇ, ਕੋਈ ਜਵਾਬ ਨਹੀਂ ਦੇ ਰਿਹਾ। ਮੈਂ ਅਜੈਬ ਸਿੰਘ ਪਵਾਰ, ਪਿੰਡ ਚਿੱਤੇਵਾਣੀ। ਮੈਂ ਮੰਡੀ ਦੇ ਵਿੱਚ 4 ਤਰੀਕ ਦਾ ਝੋਨਾ ਲੈ ਕੇ ਆਇਆ ਹਾਂ। ਮੰਡੀ ਦੇ ਵਿੱਚ ਨਾ ਕੋਈ ਖਰੀਦਦਾਰ, ਨਾ ਕੋਈ ਸਰਕਾਰੀ ਮੁਲਾਜ਼ਮ, ਕੋਈ ਨਹੀਂ ਪਹੁੰਚਾਇਆ, ਨਾ ਬੋਲੀ ਹੋ ਰਹੀ ਆ। ਅਸੀਂ ਪਹਿਲਾਂ ਤਾਂ ਖੇਤਾਂ 'ਚ ਰੁਲਦੇ ਹਾਂ, ਮਗਰੋਂ ਆ ਕੇ ਮੰਡੀ 'ਚ ਰੁਲੀਏ, ਇਹ ਸਰਕਾਰ ਵਾਸਤੇ ਚੰਗੀ ਗੱਲ ਨਹੀਂ। ਇੱਥੇ ਤਾਈਂ ਵੀ ਪਤਾ ਲੱਗਦਾ ਆ, ਬੋਲੀ ਤਾਂ ਇੱਕ ਪਾਸੇ ਰਹਿ ਗਈ, ਇੱਥੇ ਬਾਰਦਾਨਾ ਵੀ ਹੈ ਨਹੀਂ। ਬਾਰਦਾਨਾ ਵੀ ਹਾਲੇ ਕਹਿੰਦੇ ਆ ਵੀ ਮੰਗਲਵਾਰ ਤੋਂ ਪਹਿਲਾਂ ਨਹੀਂ ਆ ਸਕਦਾ। ਅਸੀਂ ਦੱਸੋ ਵੀ ਹੁਣ ਕਿਹਦੀ ਮਾਂ ਨੂੰ ਮਾਸੀ ਕਹੀਏ? ਅਸੀਂ ਜਿਣਸ ਲੈ ਕੇ ਬੈਠੇ ਹਾਂ, ਰੁਲਦੇ ਹਾਂ, ਸੁੱਕਾ ਆ ਝੋਨਾ ਆ, ਛਾਣ ਕੇ ਤਿਆਰ ਕੀਤਾ ਆ, ਫਿਰ ਵੀ ਇੱਥੇ ਚੱਕਣ ਨੂੰ ਕੋਈ ਤਿਆਰ ਨਹੀਂ। ਕੋਈ ਇੱਥੇ ਗਾਹਕ ਨਹੀਂ ਗਾ, ਕੋਈ ਸਰਕਾਰੀ ਬੰਦਾ ਖਰੀਦਦਾਰ ਨਹੀਂ ਗਾ, ਕੋਈ ਬੋਲੀਕਾਰ ਨਹੀਂ ਗਾ। ਇਸ ਕਰਕੇ ਅਸੀਂ ਤਾਂ ਜ਼ਿਮੀਂਦਾਰ ਇੱਥੇ ਖੇਤਾਂ 'ਚੋਂ ਮੰਡੀ 'ਚ ਆ ਕੇ ਰੁਲਣ ਡਏ ਹੋਏ ਹਾਂ। ਪਹਿਲਾਂ ਖੇਤਾਂ 'ਚ ਰੁਲਦੇ ਹਾਂ, ਫਿਰ ਇੱਥੇ ਮੰਡੀਆਂ 'ਚ ਆ ਕੇ ਰੁਲਦੇ ਹਾਂ। ਸਾਡਾ ਉਪਰਾਲਾ ਕੀਤਾ ਜਾਵੇ।